ਸਤਿ ਸ੍ਰੀ ਅਕਾਲ ਜੀ, ਅਜੀਤ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਕਮਲਪ੍ਰੀਤ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਤੇ ਰੋਜ਼ਾਨਾ ਦੀ ਤਰ੍ਹਾਂ ਆਓ ਸਭ ਤੋਂ ਪਹਿਲਾਂ ਇੱਕ ਝਾਤ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਮਲੇਰਕੋਟਲਾ 'ਚ ਸਾਹਮਣੇ ਆਇਆ ਬੇਅਦਬੀ ਦਾ ਮਾਮਲਾ, ਕਰਜ਼ਾਈ ਕਿਸਾਨ ਨੇ ਕੀਤੀ ਖੁਦਕੁਸ਼ੀ, ਸੰਨੀ ਦਿਓਲ ਦੇ ਹੱਕ 'ਚ ਧਰਮਿੰਦਰ ਦਾ ਜ਼ਬਰਦਸਤ ਪ੍ਰਚਾਰ, 13 ਤੋਂ 17 ਮਈ ਤੱਕ ਪੰਜਾਬ ਵਿੱਚ ਚੋਣ ਪ੍ਰਚਾਰ ਕਰਨਗੇ ਕੇਜਰੀਵਾਲ, ਅਤੇ ਲੋਕ ਸਭਾ ਚੋਣਾਂ ਦੇ 6ਵੇਂ ਪੜਾਅ ਤਹਿਤ 7 ਸੂਬਿਆਂ ਦੀਆਂ 59 ਸੀਟਾਂ ਤੇ ਵੋਟਿੰਗ ਸਮਾਪਤ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਮਲੇਰਕੋਟਲਾ ਦੇ ਨਾਂ ਲੱਗਦੇ ਪਿੰਡ ਹਥੋਆ ਵਿਖੇ ਇੱਕ ਵੱਡੀ ਘਟਨਾ ਸਾਹਮਣੇ ਆਈ, ਜਿੱਥੇ ਗੁਰੂ ਘਰ ਵਿਖੇ ਜੰਦਰਾ ਤੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪਾਲਕੀ ਸਾਹਿਬ ਨੂੰ ਅਗਨ ਭੇਂਟ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਭਾਰੀ ਰੋਸ ਵੇਖਣ ਨੂੰ ਮਿਲਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਜਦੋਂ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅੱਗ ਆਪਣੇ ਆਪ ਨਹੀਂ ਬਲਕਿ ਜਾਣ ਬੁੱਝ ਕੇ ਸ਼ਰਾਰਤੀ ਅੰਸਰਾਂ ਵੱਲੋਂ ਲਗਾਈ ਗਈ ਹੈ ਤਾਂ ਜੋ ਚੋਣਾਂ ਦੌਰਾਨ ਮਾਹੌਲ ਨੂੰ ਖਰਾਬ ਕੀਤਾ ਜਾਵੇ। ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਆਰੋਪੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਬੇਅਦਬੀ ਦੀ ਘਟਨਾ ਤੋਂ ਬਾਅਦ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਆ ਕੇ ਦੁੱਖ ਪ੍ਰਗਟ ਕੀਤਾ। ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਬਹੁਤ ਮਾੜੀ ਘਟਨਾ ਹੋਈ ਹੈ, ਇਸ ਦੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ। ਉੱਧਰ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਫੇਲ ਹੋ ਚੁੱਕੀ ਹੈ, ਸਰਕਾਰ ਦਾ ਲੋਕਾਂ ਵੱਲ ਕੋਈ ਧਿਆਨ ਨਹੀਂ। ਉਹਨਾਂ ਕਿਹਾ ਕਿ ਹੁਣ ਪੰਜਾਬ ਵਿੱਚ ਅਮਨ ਕਾਨੂੰਨ ਲਈ ਬਹੁਤ ਵੱਡਾ ਖਤਰਾ ਬਣਿਆ ਹੋਇਆ ਹੈ। ਮੈਂ ਸਮਝਦਾ ਇਹਦੀ ਬਹੁਤ ਵੱਡੀ ਅਸੀਂ ਨਿੰਦਿਆ ਵੀ ਕਰਦੇ ਹਾਂ, ਸਰਕਾਰ ਤੋਂ ਵੀ ਮੰਗ ਕਰਦੇ ਹਾਂ ਕਿ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਨੇ ਦਿਨ ਪ੍ਰਤੀ ਦਿਨ ਇਹ ਲਗਾਤਾਰ ਹੋ ਰਹੀਆਂ ਨੇ। ਹਰ 5ਵੇਂ 7ਵੇਂ ਦਿਨ ਕਿਤੇ ਨਾ ਕਿਤੇ ਗੁਰੂ ਮਹਾਰਾਜ ਦੇ ਸਰੂਪਾਂ ਦੀ ਬੇਅਦਬੀ ਹੁੰਦੀ ਹੈ। ਸੋ ਸਰਕਾਰ ਨੂੰ ਚਾਹੀਦਾ ਕਿ ਇਹਦੇ ਵੱਲ ਸੁਚੇਤ ਹੋ ਕੇ ਧਿਆਨ ਦੇ ਕੇ ਔਰ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ। ਦੇਖੋ, ਸਰਕਾਰਾਂ ਜਿਹੜੀਆਂ ਹੈਗੀਆਂ ਨੇ ਕਿਤੇ ਨਾ ਕਿਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਜਿਹੜੀ ਹੈ ਬਹਾਲ ਰੱਖਣ ਦੇ ਵਿੱਚ ਨਾਕਾਮਯਾਬ ਹੁੰਦੀਆਂ ਨੇ, ਫੇਲ ਹੁੰਦੀਆਂ ਨੇ। ਇਸੇ ਕਾਰਨ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇਗੀਆਂ। ਇਹ ਘਟਨਾਵਾਂ ਨਾ ਵਾਪਰਨ ਪ੍ਰਸ਼ਾਸਨ ਨੂੰ ਪ੍ਰਬੰਧ ਕਰਨਾ ਚਾਹੀਦਾ ਨੇਗਾ, ਚਾਹੇ ਉਹ ਅਕਾਲੀ ਦਲ ਦੀ ਸਰਕਾਰ ਆ ਉਸ ਸਮੇਂ ਉਹ ਦੋਸ਼ੀ, ਚਾਹੇ ਹੁਣ ਕਾਂਗਰਸ ਪਾਰਟੀ ਸਰਕਾਰ ਇਹ ਦੋਸ਼ੀ ਆ, ਕਿਉਂਕਿ ਇਹ ਸਰਕਾਰਾਂ ਜਿਹੜੀਆਂ ਹੈਗੀਆਂ ਨੇਗੀਆਂ ਔਰ ਜਾਣ ਬੁੱਝ ਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਕਰਾਉਂਦੀਆਂ ਤਾਂ ਕਿ ਲੋਕਾਂ ਦਾ ਲੋਕ ਮੁੱਦਿਆਂ ਤੋਂ ਜਿਹੜਾ ਧਿਆਨ ਹਟਿਆ ਰਹੇ, ਜਿਹੜੇ ਲੋਕਾਂ ਦੇ ਮੁੱਦੇ ਨੇ ਉਹ ਕਿਤੇ ਨਾ ਕਿਤੇ ਗਾਇਬ ਰਹਿਣ, ਦੂਰ ਰਹਿਣ ਔਰ ਲੋਕਾਂ ਦਾ ਧਿਆਨ ਹਟਾਉਣ ਦੇ ਲਈ ਇਹ ਬਹੁਤ ਹੀ ਮੰਦਭਾਗੀ ਘਟਨਾਵਾਂ ਇਸ ਤਰ੍ਹਾਂ ਦੇ ਵਾਪਰਦੀਆਂ ਪੰਜਾਬ ਦੇ ਵਿੱਚ ਔਰ ਪੰਜਾਬ ਦੇ ਅਮਨ ਕਾਨੂੰਨ ਨੂੰ ਬਹੁਤ ਵੱਡਾ ਖਤਰਾ ਬਣਿਆ ਹੋਇਆ ਇਸ ਸਮੇਂ। ਅੱਜ ਇੱਥੇ ਪਿੰਡ ਹਥੋਏ ਬਹੁਤ ਘਨੌਨੀ ਘਟਨਾ ਹੋਈ ਹੈ, ਜਿੱਥੇ ਗੁਰੂ ਸਾਹਿਬ ਦੇ ਪਾਵਨ ਸਰੂਪ ਨੂੰ ਅਗਨ ਭੇਟ ਕੀਤਾ ਗਿਆ ਹੈਗਾ। ਅਤੇ ਹੁਣ ਅਸੀਂ ਜੋ ਇਹਦੀ ਤਹਿਕੀਕਾਤ ਕੀਤੀ ਆ ਅਤੇ ਤਹਿਕੀਕਾਤ ਤੋਂ ਇਹ ਜਾਪਦਾ ਹੈਗਾ ਇਹ ਕਿਸੇ ਸ਼ਰਾਰਤੀ ਅੰਸਰ ਦੀ ਸ਼ਰਾਰਤ ਹੈਗੀ ਆ, ਤਾਲਾ ਤੋੜ ਕੇ ਇਹ ਕੰਮ ਕੀਤਾ ਗਿਆ ਹੈਗਾ। ਅਤੇ ਸਾਡੇ ਮਨ ਨੂੰ ਬਹੁਤ ਠੇਸ ਹੈ ਇਸ ਗੱਲ ਦੀ ਕਿ ਸਾਡੇ ਇਸ ਪਿੰਡ ਦੇ ਵਿੱਚ ਇਸ ਤਰ੍ਹਾਂ ਦੀ ਘਨੌਨੀ ਕਾਰਵਾਈ ਹੋਈ ਆ। ਅਸੀਂ ਆਪਦੇ ਬੰਨਿਓਂ, ਪੁਲਿਸ ਦੇ ਬੰਨਿਓਂ ਇਸ ਮਾਮਲੇ ਦੀ ਤਹਿ ਥਾਈ ਜਾਵਾਂਗੇ ਔਰ ਗੁਰੂ ਦੀ ਕਿਰਪਾ ਨਾਲ ਬਹੁਤ ਜਲਦੀ ਜਿਹੜਾ ਵੀ ਬੰਦਾ ਇਸ ਦੇ ਪਿੱਛੇ ਰਿਸਪੋਂਸੀਬਲ ਹੈਗਾ ਉਹਨੂੰ ਪਕੜਾਂਗੇ। ਭੀਖੀ ਦੇ ਨਜ਼ਦੀਕੀ ਪਿੰਡ ਸਮਾਓਂ ਦੇ ਇੱਕ ਕਿਸਾਨ ਵੱਲੋਂ ਜ਼ਹਿਰੀਲੀ ਚੀਜ਼ ਨਿਕਲ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਦਰਸ਼ਨ ਸਿੰਘ ਵਾਸੀ ਸਮਾਓਂ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਦੇ ਸਿਰ ਬੈਂਕ ਅਤੇ ਆੜ੍ਹਤੀਆਂ ਦਾ ਲਗਭਗ 12 ਲੱਖ ਰੁਪਏ ਦਾ ਖਰਚਾ ਸੀ, ਜਿਸ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ। ਭੀਖੀ ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ। ਕੱਲ੍ਹ ਇੱਕ ਪੈਲਸ ਨੇ ਸਿਟੀ ਮਾਨਸਾ ਥਾਣਾ ਵੱਲੋਂ ਮਸੂਲ ਹੋਇਆ ਸੀ ਜੀ ਕਿ ਦਰਸ਼ਨ ਸਿੰਘ ਪੁੱਤਰ ਚੰਦ ਸਿੰਘ ਜੱਟ ਵਾਸੀ ਸਮਾਓਂ ਨੇ ਕੋਈ ਜ਼ਹਿਰੀਲੀ ਚੀਜ਼ ਖਾਣ ਜਾਂ ਪੀਣ ਕਰਕੇ ਸੁਸਾਈਡ ਕਰ ਲਿਆ ਹੈ, ਕਾਰਵਾਈ ਕੀਤੀ ਜਾਵੇ। ਜਿਸ 'ਤੇ ਉਸ 'ਤੇ ਵਾਰਸਾਂ ਦਾ ਬਿਆਨ ਲਿਖ ਕੇ ਕਾਰਵਾਈ ਅਧੀਨ ਧਾਰਾ 176 CRPC ਅਮਲ ਵਿੱਚ ਲਿਆਂਦੀ ਗਈ ਹੈ। ਬਿਆਨਾਂ ਤੋਂ ਪਾਇਆ ਗਿਆ ਕਿ ਦਰਸ਼ਨ ਸਿੰਘ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦਾ ਸੀ, ਜਿਸ ਨੇ ਕਈ ਸਰਕਾਰੀ ਅਤੇ ਗੈਰ ਸਰਕਾਰੀ ਬੈਂਕਾਂ ਦਾ ਕਰਜ਼ਾ ਦੇਣਾ ਸੀ, ਜਿਸ ਕਰਕੇ ਉਸ ਵੱਲੋਂ ਸੁਸਾਈਡ ਕੀਤਾ ਗਿਆ ਹੈ। ਪੋਸਟਮਾਰਟਮ ਕਰਾਉਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕੀਤੀ। ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਅਤੇ ਆਪਣੇ ਪੁੱਤਰ ਸੰਨੀ ਦਿਓਲ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਉਹਨਾਂ ਦੇ ਪਿਤਾ ਅਤੇ ਅਦਾਕਾਰ ਧਰਮਿੰਦਰ ਪਿੰਡ ਪਿੰਡ ਚੋਣ ਪ੍ਰਚਾਰ ਕਰ ਰਹੇ ਹਨ। ਉਹਨਾਂ ਦੇ ਪ੍ਰਚਾਰ ਕਰਨ ਨਾਲ ਸੰਨੀ ਨੂੰ ਕਾਫੀ ਭਾਰੀ ਹੁੰਗਾਰਾ ਮਿਲ ਰਿਹਾ ਹੈ। ਸੰਨੀ ਦਿਓਲ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਧਰਮਿੰਦਰ ਆਪਣੇ ਅੰਦਾਜ਼ ਵਿੱਚ ਲੋਕਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ। ਧਰਮਿੰਦਰ ਨੇ ਗੱਲਬਾਤ ਦੌਰਾਨ ਕਿਹਾ ਕਿ ਸੰਨੀ ਨੂੰ ਲੋਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ ਅਤੇ ਇਸ ਪਿਆਰ ਖਾਤਰ ਅਸੀਂ ਕੰਮ ਕਰਾਂਗੇ। ਉਹਨਾਂ ਕਿਹਾ ਕਿ ਅਸੀਂ ਕਹਿੰਦੇ ਨਹੀਂ, ਕਰਕੇ ਵਿਖਾਵਾਂਗੇ, ਕਿਉਂਕਿ ਅਸੀਂ ਲੋਕਾਂ ਦੇ ਦਰਦ ਨੂੰ ਸਮਝਦੇ ਹਾਂ।
ਮੈਂ ਵਾਅਦਾ ਕਰਦਾ ਸਨੀ ਦਿਓਲ ਦੀ ਜਿੱਤ ਤੁਹਾਡੀ ਜਿੱਤ ਹੈਗੀ ਮੁੰਡਿਓ ਭੈਣੋ ਮੇਰੇ ਭਰਾਵੋ ਸਨੀ ਦਿਓਲ ਦੀ ਜਿੱਤ ਤੁਹਾਡੀ ਜਿੱਤ ਹੈਗੀ ਰੱਜ ਕੇ ਕੰਮ ਕਰਾਵਾਂਗੇ ਇਹ ਮਾਂ ਬਾਪ ਨੇ ਸਿਖਾਇਆ ਇਹ ਅੱਗੇ ਅਸੀਂ ਕਰਦੇ ਆ ਰਹੇ ਹਾਂ ਸੇਵਾ ਕਰਦੇ ਆ ਰਹੇ ਅਸੀਂ ਤਾਂ ਸਾਨੂੰ ਕੋਈ ਇੰਨਾ ਦੁਕਾਨਦਾਰੀ ਨਹੀਂ ਆਉਂਦੀ ਕਿ ਨੰਬਰ ਲਗਾਉਣਾ ਦੁਕਾਨਦਾਰ ਉੱਥੇ ਲੜੇ ਨੇ ਉੱਥੇ ਉੱਥੇ ਵੀ ਉੱਥੇ ਬੜਾ ਨਹੀਂ ਛੋੜਿਆ ਜਾਂਦਾ ਜੀ ਪਰ ਮੈਂ ਕਿੱਥੇ ਵੀ ਨਾ ਥੱਲੇ ਰੋਟੀ ਅਸੀਂ ਆਪਣੇ ਬੰਪਰ ਨੂੰ ਤੁਰਾਉਣੇ ਅੰਨੋ ਤੁਸੀਂ ਇੱਕ ਦੂਜੇ ਬੰਪਰ ਅਸੀਂ ਚਾਹੁੰਦੇ ਰਹਿਣਾ ਸਾਨੂੰ ਪਤਾ ਤੁਸੀਂ ਮੇਰੇ ਨਾਲ ਹੋ ਇਹ ਵੀ ਸਾਨੂੰ ਪਤਾ ਮੈਂ ਕਿਉਂ ਚੱਲ ਰਿਹਾ ਐਕਟਰ ਤੋਂ ਜ਼ਿਆਦਾ ਐਜ਼ ਅ ਹਿਊਮਨ ਬੀਇੰਗ ਤੁਸੀਂ ਮੈਨੂੰ ਪਿਆਰ ਕਰਦੇ ਹੋ ਇਹ ਮੈਨੂੰ ਪਤਾ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 12 ਮਈ ਨੂੰ ਦਿੱਲੀ ਵਿੱਚ ਲੋਕ ਸਭਾ ਦੀਆਂ ਵੋਟਾਂ ਮੁਕੰਮਲ ਹੋਣ ਮਗਰੋਂ 13 ਤੋਂ 17 ਮਈ ਤੱਕ ਪੰਜਾਬ ਵਿੱਚ ਰਹਿਣਗੇ ਕੇਜਰੀਵਾਲ ਤੋਂ ਇਲਾਵਾ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ ਦਰਜਨ ਦੇ ਕਰੀਬ ਸੀਨੀਅਰ ਨੇਤਾ ਵੀ ਪੰਜਾਬ ਦੇ ਵੱਖ ਵੱਖ ਲੋਕ ਸਭਾ ਹਲਕਿਆਂ 'ਚ ਚੋਣ ਮੁਹਿੰਮ ਪਖਾਉਣ ਲਈ ਆਉਣਗੇ ਇਹ ਜਾਣਕਾਰੀ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਅਤੇ ਅਮਨ ਅਰੋੜਾ ਨੇ ਦਿੱਤੀ ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ 13 ਮਈ ਨੂੰ ਸੰਗਰੂਰ ਲੋਕ ਸਭਾ ਹਲਕੇ ਖਨੌਰੀ ਕਸਬੇ ਤੋਂ ਪ੍ਰਚਾਰ ਸ਼ੁਰੂ ਕਰ 17 ਮਈ ਨੂੰ ਜ਼ੀਰਕਪੁਰ ਤੱਕ ਰੋਡ ਸ਼ੋਅ ਕਰਨਗੇ ਕੱਲ੍ਹ ਨੂੰ ਉਹ ਆਉਣਗੇ ਖਨੌਰੀ ਤੋਂ ਸ਼ੁਰੂ ਹੋਊਗਾ ਰੋਡ ਸ਼ੋਅ ਵਾਇਆ ਮੂਣ ਕਲਹਿਰਾ ਗਾਗਾ ਉਹ ਤੋਂ ਬਾਅਦ ਫਤਿਹਗੜ੍ਹ ਦੇ ਵਿੱਚ ਦੀ ਹੁੰਦੇ ਹੋਏ ਧਰਮਗੜ੍ਹ ਜਖੇਪੜ ਉਸ ਤੋਂ ਬਾਅਦ ਸੁਨਾਮ ਫਿਰ ਚੀਮਾ ਫਿਰ ਲੌਂਗੋਵਾਲ ਧੌਲਾ ਤਪਾ ਇਹ ਪੂਰਾ ਪ੍ਰੋਗਰਾਮ ਹੋਊਗਾ ਅਤੇ ਬਰਨਾਲੇ ਮੀਤ ਹੇਅਰ ਦੇ ਘਰ ਠਹਿਰ ਜਾਣਗੇ ਅਤੇ ਅਗਲੇ ਦਿਨ ਕੱਲ੍ਹ ਨੂੰ ਪਰਸੋਂ ਨੂੰ ਜਿਹੜਾ ਉਹ ਬਰਨਾਲੇ ਤੋਂ ਸੰਘੇੜੇ ਵਿੱਚ ਦੀ ਸ਼ੇਰਪੁਰ ਕਾਤਰੋਂ ਧੂਰੀ ਸੰਗਰੂਰ ਹੁੰਦੇ ਹੋਏ ਆਉਣਗੇ ਅਤੇ ਇਹ ਪ੍ਰੋਗਰਾਮ ਹੈ ਦੋ ਦਿਨ ਉਹ ਸੰਗਰੂਰ ਹਲਕੇ 'ਚ ਨੇ ਬਾਅਦ 'ਚ ਮਨੀਸ਼ ਸਿਸੋਦੀਆ ਇੱਥੇ ਆ ਜਾਣਗੇ ਅਤੇ ਉਹ ਬਠਿੰਡਾ ਫਰੀਦਕੋਟ ਪਟਿਆਲਾ ਅਨੰਦਪੁਰ ਸਾਹਿਬ ਉੱਧਰ 'ਚ ਨੇ ਬਹੁਤ ਵਧੀਆ ਤਰੀਕੇ ਨਾਲ ਸਮਰਥਨ ਹੈ ਜਿਹੜਾ ਭਗਵੰਤ ਮਾਨ ਜੀ ਨੂੰ ਔਰ ਆਮ ਆਦਮੀ ਪਾਰਟੀ ਨੂੰ ਦੇ ਰਹੇ ਹੋ ਕੱਲ੍ਹ ਵੀ 23 ਪਿੰਡਾਂ ਦਾ ਸੁਨਾਮ ਹਲਕੇ ਦਾ ਰੋਡ ਸ਼ੋਅ ਸੀਗਾ ਅਤੇ ਇੱਕ ਬੇਮਿਸਾਲ ਹਨੇਰੀ ਹੈ ਜਿਹੜੀ ਉਹ ਮਾਨ ਸਾਹਿਬ ਦੇ ਔਰ ਝਾੜੂ ਦੇ ਹੱਕ ਦੇ ਵਿੱਚ ਚੱਲ ਰਹੀ ਹੈ ਤੁਹਾਡਾ ਸਾਰਿਆਂ ਨੇ ਇੰਨਾ ਪਿਆਰ ਮਾਣ ਸਤਿਕਾਰ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਔਰ ਇਸੇ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਲਈ ਸ੍ਰੀ ਅਰਵਿੰਦ ਕੇਜਰੀਵਾਲ ਨੈਸ਼ਨਲ ਕਨਵੀਨਰ ਔਰ ਦਿੱਲੀ ਦੇ ਮੁੱਖ ਮੰਤਰੀ ਉਹ 5 ਦਿਨਾਂ ਦੇ ਪੰਜਾਬ ਦੇ ਦੌਰੇ ਤੇ ਆ ਰਹੇ ਨੇ ਕੱਲ੍ਹ ਨੂੰ ਸਵੇਰੇ 10 ਵਜੇ ਉਹ ਖਨੌਰੀ ਪਹੁੰਚਣਗੇ ਔਰ ਉਸ ਤੋਂ ਬਾਅਦ ਤਕਰੀਬਨ 12:30 ਉਹਨਾਂ ਨੇ ਆਪਣੇ ਕੋਲ ਸੁਨਾਮ ਹਲਕੇ ਦੇ ਵਿੱਚ ਸੁਨਾਮ ਸ਼ਹਿਰ ਦੇ ਵਿੱਚ ਐਂਟਰ ਕਰ ਜਾਣਾ ਸਾਰੇ ਹਲਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ 12:30 ਮੁੰਡਿਆਂ ਵਾਲੇ ਸਰਕਾਰੀ ਸਕੂਲ ਜਿਹੜਾ ਕਿ ਜਖੇਪਲ ਰੋਡ ਵਾਲੀ ਸਾਈਡ ਤੋਂ ਹੈ ਉੱਥੇ ਉਹਨਾਂ ਨੇ ਪਹੁੰਚਣਾ ਸਾਰੇ ਵੱਧ ਤੋਂ ਵੱਧ ਵੱਡੀ ਤੋਂ ਵੱਡੀ ਗਿਣਤੀ ਵਿੱਚ ਪਹੁੰਚੋ ਤਾਂ ਕਿ ਆਪਾਂ ਉਹਨਾਂ ਦਾ ਸਵਾਗਤ ਜਿਹੜਾ ਉਹ ਕਰ ਸਕੀਏ ਔਰ ਉਸ ਤੋਂ ਬਾਅਦ ਸ਼ਾਮ ਨੂੰ 4 ਵਜੇ ਲੌਂਗੋਵਾਲ ਜਨ ਸਭਾ ਰੈਲੀ ਹੈ ਔਰ ਉਸ ਤੋਂ ਅਗਲੇ ਦਿਨ 14 ਨੂੰ ਸ਼ਾਮ ਨੂੰ 6 ਵਜੇ ਚੀਮਿਆਂ ਦੇ ਵਿੱਚ ਸ੍ਰੀ ਅਰਵਿੰਦ ਕੇਜਰੀਵਾਲ ਦੀ ਔਰ ਮਾਨ ਸਾਹਿਬ ਦੀ ਜਿਹੜੀ ਜਨ ਸਭਾ ਉਹ ਹੋਏਗੀ ਸੋ ਇਨ੍ਹਾਂ ਤਿੰਨਾਂ ਪ੍ਰੋਗਰਾਮਾਂ ਦੇ ਵਿੱਚ ਸੁਨਾਮ ਹਲਕੇ ਦੇ ਸਮੂਹ ਨਿਵਾਸੀਆਂ ਨੂੰ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੂੰ ਵਲੰਟੀਅਰਾਂ ਨੂੰ ਵਰਕਰਾਂ ਨੂੰ ਅਹੁਦੇਦਾਰਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਵੱਡੀ ਤੋਂ ਵੱਡੀ ਗਿਣਤੀ ਦੇ ਵਿੱਚ ਇਨ੍ਹਾਂ ਤਿੰਨਾਂ ਪ੍ਰੋਗਰਾਮਾਂ ਦੇ ਉੱਪਰ ਪਹੁੰਚੋ ਤਾਂ ਕਿ ਆਪਾਂ ਅਰਵਿੰਦ ਜੀ ਦੀ ਇਮਾਨਦਾਰ ਨੀਤੀ ਦੇ ਔਰ ਨੀਅਤ ਦੇ ਉੱਪਰ ਆਪਾਂ ਮੋਹਰ ਲਾ ਸਕੀਏ ਅਤੇ ਭਗਵੰਤ ਮਾਨ ਜੀ ਨੂੰ ਪਹਿਲਾਂ ਨਾਲੋਂ ਵੀ ਵੱਡੇ ਰਿਕਾਰਡ ਦੇ ਉੱਪਰ ਆਪਾਂ ਜਿਤਾ ਕੇ ਦੁਬਾਰਾ ਪੰਜਾਬ ਦੀ ਆਵਾਜ਼ ਬੁਲੰਦ ਕਰਨ ਦੇ ਲਈ ਪਾਰਲੀਮੈਂਟ ਦੇ ਵਿੱਚ ਭੇਜ ਸਕੀਏ ਲੋਕ ਸਭਾ ਚੋਣਾਂ 2019 ਦੇ 6ਵੇਂ ਪੜਾਅ ਤਹਿਤ ਅੱਜ 7 ਸੂਬਿਆਂ ਦੀਆਂ 59 ਸੀਟਾਂ 'ਤੇ ਮਤਦਾਨ ਖਤਮ ਹੋ ਗਿਆ ਇਸ ਪੜਾਅ 'ਚ ਉੱਤਰ ਪ੍ਰਦੇਸ਼ ਦੀਆਂ 14 ਹਰਿਆਣਾ ਦੀਆਂ 10 ਪੱਛਮੀ ਬੰਗਾਲ ਮੱਧ ਪ੍ਰਦੇਸ਼ ਬਿਹਾਰ ਦੀਆਂ 8 ਦਿੱਲੀ ਦੀਆਂ 7 ਅਤੇ ਝਾਰਖੰਡ ਦੀਆਂ 4 ਸੀਟਾਂ 'ਤੇ ਮਤਦਾਨ ਹੋਇਆ ਇਸ ਦੌਰਾਨ ਅੱਜ ਫਿਰ ਪੱਛਮੀ ਬੰਗਾਲ 'ਚ ਹਿੰਸਾ ਦੀਆਂ ਖਬਰਾਂ ਸਾਹਮਣੇ ਆਈਆਂ ਇੰਨਾ ਹੀ ਨਹੀਂ ਇੱਥੇ ਘਾਟਲ ਤੋਂ ਭਾਜਪਾ ਉਮੀਦਵਾਰ ਭਾਰਤੀ ਘੋਸ਼ ਅਤੇ TMC ਸਮਰਥਕਾਂ ਨੇ ਹਮਲਾ ਕਰ ਦਿੱਤਾ ਭਾਰਤੀ ਦੀ ਗੱਡੀ ਨਾਲ ਵੀ ਭੰਨਤੋੜ ਕੀਤੀ ਗਈ ਅਤੇ ਉਹਨਾਂ ਨੂੰ ਵੋਟਿੰਗ ਕੇਂਦਰ 'ਤੇ ਵੀ ਨਹੀਂ ਜਾਣ ਦਿੱਤਾ ਗਿਆ ਕੇਦਾਰਨਾਥ 'ਚ ਚੱਟਾਨ ਡਿੱਗਣ ਕਾਰਨ ਇੱਕ ਮਹਿਲਾ ਸ਼ਰਧਾਲੂ ਦੀ ਮੌਤ ਹੋ ਗਈ ਉਕਤ ਸ਼ਰਧਾਲੂ ਉੱਤਰਾਖੰਡ ਦੇ ਗੜਵਾਲ ਹਿਮਾਲਾ 'ਚ 4 ਧਾਮ ਦੀ ਯਾਤਰਾ 'ਤੇ ਆਈ ਸੀ ਅਧਿਕਾਰੀਆਂ ਨੇ ਦੱਸਿਆ ਕਿ ਉੱਤਰਾਖੰਡ ਦੇ ਰਾਮਵਾੜਾ 'ਚ ਪਹਾੜੀ ਦੇ ਪੱਥਰ ਡਿੱਗਣ ਕਾਰਨ ਇਹ ਹਾਦਸਾ ਵਾਪਰਿਆ ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ਦੀ ਲਪੇਟ 'ਚ ਆਉਣ ਨਾਲ ਪੰਜਾਬ ਤੋਂ ਆਈ ਇੱਕ ਔਰਤ ਦੀ
मौत हो गई जबकि दो व्यक्ति जख्मी हो गए। महाराष्ट्र के पालघर च अज भूचाल के हल्के झटके महसूस किए गए। भूचाल के झटके दोपहर 2:12 ते लगे ते रिक्टर स्केल ते इन्हां दी तीव्रता 2.6 मापी गई। पंजाब के सबका मुख्यमंत्री प्रकाश सिंह बादल ने बठिंडा लोग सभा हलका के पिंड घुद्दा विच श्रोमणी अकाली दल के उम्मीदवारों लई चोन प्रचार किया। इस मौके पर उन्होंने पंजाब सरकार से निशाना विनिया अते अकाली दल वलों किए गए विकास ते लोगों नू वोट देने की अपील की। इस मौके पर मीडिया नाल गलबात करते हुए प्रकाश सिंह बादल ने कहा कि वह प्रचार कर रहे हैं, लोगों की मर्जी है जिसनों वोट चाहे देन। 1984 में हुए इस कतलेआम के बारे में उन्होंने कहा कि यह कतलेआम राजीव गांधी के समय में होया है। इस दे नाल ही उन्होंने प्रियंका गांधी के 14 तरीक नूं बठिंडा के रोड शो के बारे कहा कि प्रियंका गांधी होवे जां कोई होर सड़कां उत्ते भज्जन नाल कुछ नहीं हुंदा। पंजाब आंगनवाड़ी मुलाजम यूनियन वालों समाजिक सुरक्षा इसत्री ते बाल विकास विभाग मंत्री अरुणा चौधरी की कोठी नूं घेर के कालियां झंडियां नाल रोस प्रदर्शन किया। इस दौरान वर्करां ने दस्या कि 7 महीने पहला जो पैसे केंद्र सरकार ने वर्करां ते हैल्परां दे क्रमवार 1500 ते 750 रुपये वधाए सन उन्हां पैसों ते पंजाब सरकार ने अपने हिस्से वाले 40% का कट ला दिता है, जिस करके सूबे दीयां 54,000 वर्करां ते हैल्परां च गुस्से की लहर है। धरना दे कैबिनेट मंत्री अरुणा चौधरी ने आंगनवाड़ी वर्करां दीयां कुछ अहुदेदारां नूं अपने नाल गलबात करन लई बुलाया अते उन्हां दी गल सुन के उन्हां दीयां मंगां नूं चोणां तों बाद हल करन दा भरोसा भी दिता। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਕਾਲੇ ਮਾਜਰਾ ਦੇ ਵਸਨੀਕ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਜ਼ਮੀਨ 'ਤੇ ਲੇਟਿਆ ਪਾਇਆ ਗਿਆ। ਮ੍ਰਿਤਕ ਨੌਜਵਾਨ ਦੀ ਬਾਂਹ 'ਚ ਨਸ਼ੇ ਦੀ ਸਿਰਿੰਜ ਲੱਗੀ ਹੋਈ ਸੀ। ਸੂਚਨਾ ਮਿਲਦਿਆਂ ਹੀ ਪੁਲਿਸ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਤੇ ਇਸ ਦੇ ਨਾਲ ਹੀ ਅਜੀਤ ਖਬਰਾਂ ਦਾ ਅੱਜ ਦਾ ਇਹ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। ਕੱਲ੍ਹ ਤੁਹਾਡੀ ਖਿਦਮਤ ਦੇ ਵਿੱਚ ਤਾਜ਼ਾ ਤਰੀਨ ਖਬਰਾਂ ਦਾ ਇੱਕ ਹੋਰ ਬੁਲੇਟਿਨ ਲੈ ਕੇ ਅਸੀਂ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਤੁਸੀਂ ਵੇਖਦੇ ਰਹੋ ਅਜੀਤ ਵੈੱਬ ਟੀਵੀ।